जहाँ बरकतें मिलती हैं, जहाँ बरकतें मिलती हैं, आओ खुदावन के घर चले, जहाँ नेमतें मिलती हैं, जहाँ नेमतें मिलती हैं, आओ खुदावन के घर चले, आओ खुदावन के घर चले। राती मेरे ख्वाब विच यीशु आ गए, मेरा दिल करे मुँहों कुछ बोलाना। राती मेरे ख्वाब विच यीशु आ गए, मेरा दिल करे अलकानों बोलाना। सुनी जावा गल्ला सोने नासरी दिया, मेरा दिल करे मुँहों कुछ बोलाना। सुनी जावा गल्ला सोने नासरी दिया, मेरा दिल करे मुँहों कुछ बोलाना। राती मेरे ख्वाब विच यीशु आ गए, मेरा दिल करे अलकानों खोलाना। राती मेरे ख्वाब विच यीशु आ गए, मेरा दिल करे अखा नू खोलाना। दिल कर दासी के समा थम जावे, एक एक पल बिना मुकन ते आवे, एक एक पल बिना मुकन ते आवे, एक एक पल बिना मुकन ते आवे। बैठा रवा नासरी दे कदमां दे विच, मेरा दिल करे पलकां नूं खोलाना। बैठा रवा नासरी दे कदमां दे विच, मेरा दिल करे मुँहों कुछ बोलाना। सुनी जावा गल्लां सोने नासरी दियां, मेरा दिल करे मुँहों कुछ बोलाना। राती मेरे ख्वाब विच यीशु आ गए, मेरा दिल करे पलकां नू खोलाना। मेरा दिल करे पलकां नू खोलाना, मेरा दिल करे पलकां नू खोलाना। असी प्रभु दा धन्नवाद करिए, इस नवा दिन प्रभु ने साडे लई बख्श दिता। अज प्रभु दी हजूरी विच इस पाक मास दी कुरबानी विच भगती भावना नाल असी भाग लेवांगे। प्रभु दा वचन सानू शक्ति देवेगा,
ਪ੍ਰਭੂ ਦਾ ਪਾਕ ਵਧਨ ਅਤੇ ਲਹੂ ਸਾਨੂੰ ਸਾਡੇ ਜ਼ਿੰਦਗੀ ਵਿੱਚ ਅੱਗੇ ਵਧਣ ਦੇ ਲਈ ਸ਼ਕਤੀ ਦੇਵੇਗਾ। ਵਿਸ਼ਵਾਸ ਕੇ ਸਾਥ ਅਸੀਂ ਸਾਰੇ ਮਿਲ ਕੇ ਇਸ ਪਾਕ ਮਾਸੀ ਦੀ ਗੁਰਬਾਣੀ ਵਿੱਚ ਪਾਕ ਲੈ। ਬਾਪ ਅਤੇ ਬੇਟੇ ਅਤੇ ਰੂਪਾ ਤੇ ਨਾ ਉੱਤੇ ਸਾਡੇ ਪ੍ਰਭੂ ਯਿਸੂ ਮਸੀਹ ਦਾ ਫਜ਼ਲ, ਖੁਦਾ ਬਾਪ ਦਾ ਪ੍ਰੇਮ ਅਤੇ ਰੂਪਾਕਤੀ ਸਾਂਝ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ। ਅਸੀਸ ਪਿਆਰੀਓ, ਅੱਜ ਦਾ ਪਾਠ ਦੇ ਵਿੱਚ ਅਸੀਂ ਸੁਣਦੇ ਹਾਂ, ਇੱਕ ਨੌਜਵਾਨ ਪ੍ਰਭੂ ਦੇ ਕੋਲ ਆਉਂਦੇ ਨੇ ਅਤੇ ਪ੍ਰਭੂ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ ਅਤੇ ਪ੍ਰਭੂ ਉਹਨਾਂ ਨੂੰ ਕਿਸ ਤਰ੍ਹਾਂ ਸਵਰਗ ਰਾਜ ਵਿੱਚ ਜਾਣ ਦਾ ਰਾਸਤਾ ਵੀ ਬਤਾਉਂਦੇ ਨੇ। ਦੇ ਵਚਨ ਵਿੱਚ ਅਸੀਂ ਸੁਣੇਗਾ, ਉਹ ਬਹੁਤ ਦੁਖੀ ਹੋ ਕੇ ਯੇਸੂ ਦੇ ਹਜ਼ੂਰੀ ਤੋਂ ਵਾਪਸ ਜਾਂਦੇ ਨੇ। ਅਸੀਂ ਵੀ ਕਈ ਵਾਰੀ ਪ੍ਰਭੂ ਦੀਆਂ ਗੱਲਾਂ ਸੁਣ ਕੇ ਕਲਾਮ ਨੂੰ ਪੜ੍ਹਨ ਦੇ ਬਾਵਜੂਦ ਵੀ ਪਾਪ ਦੇ ਵਿੱਚ ਰਹਿੰਦੇ ਨੇ। ਜੋ ਸਮਾਂ ਹੈ ਉਸ ਨੌਜਵਾਨ ਦੇ ਵਾਂਗ ਅਸੀਂ ਵੀ ਪ੍ਰਭੂ ਤੋਂ ਦੂਰ ਹੋ ਗਏ ਹਾਂ। ਉਹਨਾਂ ਸਾਰੇ ਸਮਾਂ ਦੇ ਲਈ ਪ੍ਰਭੂ ਤੋਂ ਮਾਫ਼ੀ ਮੰਗੀਏ। ਮੈਂ ਇਕਬਾਲ ਕਰਦਾ ਹਾਂ, ਪੂਰੀ ਕੁਦਰਤ ਵਾਲੇ ਖੁਦਾ ਅਤੇ ਤੁਹਾਡੇ ਅੱਗੇ ਇਹਰਾਵਾਂ ਤੇ ਪੈਣੋ ਕਿ ਮੈਂ ਸੋਚਣ ਨਾਲ, ਬੋਲਣ ਨਾਲ, ਕਰਨ ਨਾਲ ਅਤੇ ਅਨਹੇਰੀ ਨਾਲ ਬਹੁਤ ਗੁਨਾਹ ਕੀਤੇ, ਆਪਣੇ ਦੋਸ਼ ਦੇ ਨਾਲ, ਆਪਣੇ ਹੀ ਦੋਸ਼ ਦੇ ਨਾਲ, ਆਪਣੇ ਬਹੁਤ ਵੱਡੇ ਦੋਸ਼ ਦੇ ਨਾਲ। ਇਸ ਲਈ ਮੈਂ ਤਾਂ ਸਦਾ ਕੁਆਰੀ ਮਰੀਮ, ਸਾਰਿਆਂ ਫਰਿਸ਼ਤਿਆਂ ਅਤੇ ਸੰਤਾਂ ਅਤੇ ਤੁਹਾਡੇ ਅੱਗੇ ਇਹ ਪ੍ਰਾਓ ਤੇ ਪੈਣੋ ਮੈਂ ਬੇਨਤੀ ਕਰਦਾ ਹਾਂ ਕਿ ਮੇਰੇ ਲਈ ਪ੍ਰਭੂ ਖੁਦਾ ਦੇ ਅੱਗੇ ਪ੍ਰਾਰਥਨਾ ਕਰੋ। ਪੂਰੀ ਕੁਦਰਤ ਵਾਲਾ ਖੁਦਾ ਸਾਡੇ ਉੱਤੇ ਦਇਆ ਕਰੇ ਅਤੇ ਸਾਡੇ ਗੁਨਾਹ ਨੂੰ ਮਾਫ਼ ਕਰਕੇ ਸਾਨੂੰ ਸਦੀਵੀ ਜੀਵਨ ਤੱਕ ਪਹੁੰਚਾਵੇ। ਆਮੇਨ। ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਮਸੀਹਾ ਦਇਆ ਕਰ, ਏ ਮਸੀਹਾ ਦਇਆ ਕਰ, ਏ ਪ੍ਰਭੂ ਦਇਆ ਕਰ, ਏ ਪ੍ਰਭੂ ਦਇਆ ਕਰ। ਅਸੀਂ ਪ੍ਰਾਰਥਨਾ ਕਰੀਏ। ਯੇ ਖੁਦਾ, ਆਪਣੇ ਪਿਆਰ ਕਰਨ ਵਾਲਿਆਂ ਲਈ ਤੂੰ ਅਣਡਿੱਠੀਆਂ ਬਰਕਤਾਂ ਤਿਆਰ ਕੀਤੀਆਂ ਹਨ। ਸਾਡੇ ਅੰਦਰ ਆਪਣੇ ਪਿਆਰ ਦੀ ਮਿਠਾਸ ਨੂੰ ਭਰ ਦੇ ਤਾਂ ਜੋ ਤੈਨੂੰ ਹਰ ਗੱਲ ਵਿੱਚ ਅਤੇ ਸਾਰੀਆਂ ਚੀਜ਼ਾਂ ਨਾਲੋਂ ਵੀ ਜ਼ਿਆਦਾ ਪਿਆਰ ਕਰਦੇ ਹੋਏ ਅਸੀਂ ਤੇਰੇ ਵੱਲੋਂ ਵਾਅਦਾ ਕੀਤੀਆਂ ਬਰਕਤਾਂ ਨੂੰ ਪਾ ਸਕੀਏ ਜੋ ਸਾਡੀਆਂ ਸਾਰੀਆਂ ਇੱਛਾਵਾਂ ਤੋਂ ਪਰੇ ਹਨ। ਸਾਡੇ ਪ੍ਰਭੂ ਯਿਸੂ ਮਸੀਹ ਤੇਰੇ ਬੇਟੇ ਦੇ ਰਾਹੀਂ ਜੋ ਤੇਰੇ ਨਾਲ ਰੂਪਾਕਤੀ ਏਕਤਾ ਵਿੱਚ ਇੱਕ ਖੁਦਾ ਜੀਉਂਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀਕ। ਆਮੀਨ। ਪ੍ਰਭੂ ਤੁਹਾਡੇ ਦਿਲ ਅਤੇ ਤੁਹਾਡੇ ਜ਼ੁਬਾਨ ਉੱਤੇ ਹੋਵੇ ਤਾਂ ਕਿ ਤੁਸੀਂ ਸਹੀ ਅਤੇ ਯੋਗ ਢੰਗ ਨਾਲ ਪ੍ਰਭੂ ਦਾ ਵਚਨ ਸੁਣਾ ਸਕੋ। ਬਾਪ ਅਤੇ ਬੇਟੇ ਤੇ ਰੂਹ ਪਾਕ ਦੇ ਨਾਂ ਉੱਤੇ ਆਮੇਨ। ਅੱਜ ਦਾ ਪਾਠ ਹਿਜ਼ਕੀਏਲ ਨਬੀ ਦਾ ਗ੍ਰੰਥ 24 ਬਾਪ 15 ਤੋਂ 24 ਆਏ ਤੱਕ।
ਪ੍ਰਭੂ ਨੇ ਮੈਨੂੰ ਕਿਹਾ, ਮਾਨਵ ਪੁੱਤਰ, ਇੱਕੋ ਝਟਕੇ ਨਾਲ ਮੈਂ ਤੇਰੇ ਤੋਂ ਉਹ ਮਨੁੱਖ ਲੈ ਰਿਹਾ ਹਾਂ ਜਿਸ ਨੂੰ ਤੂੰ ਬਹੁਤ ਪਿਆਰ ਕਰਦਾ ਹੈ, ਪਰ ਇਸਦੇ ਲਈ ਨਾ ਤੂੰ ਸੋਗ ਕਰੇਗਾ, ਨਾ ਰੋਵੇਂਗਾ ਅਤੇ ਨਾ ਹੀ ਹੰਝੂ ਵਹਾਏਗਾ। ਤੇਰੀ ਪੁਸਕਣ ਕਿਸ ਨੂੰ ਸੁਣਾਈ ਨਾ ਦੇਵੇ, ਤੂੰ ਨੰਗੇ ਸਿਰ ਜਾਂ ਨੰਗੇ ਪੈਰੀ ਸੋਗ ਪ੍ਰਗਟ ਨਾ ਕਰ, ਤੂੰ ਨਾ ਆਪਣਾ ਮੂੰਹ ਟੱਕੀ ਅਤੇ ਨਾ ਹੀ ਸੋਗੀਆਂ ਵਾਲਾ ਭੋਜਨ ਕਰੀ। ਸਵੇਰ ਸਾਰ ਮੈਂ ਲੋਕਾਂ ਨਾਲ ਗੱਲਾਂ ਕਰ ਰਿਹਾ ਸਾਂ, ਪਰ ਉਸ ਦਿਨ ਤਰਕਾਲਾਂ ਵੇਲੇ ਮੇਰੀ ਪਤਨੀ ਮਰ ਗਈ ਅਤੇ ਅਗਲੇ ਦਿਨ ਮੈਂ ਸਭ ਕੁਝ ਦੱਸੇ ਅਨੁਸਾਰ ਕੀਤਾ। ਲੋਕਾਂ ਨੇ ਮੇਰੇ ਤੋਂ ਪੁੱਛਿਆ, ਮੈਂ ਇਸ ਤਰ੍ਹਾਂ ਕਿਉਂ ਕਰ ਰਿਹਾ ਹਾਂ? ਮੈਂ ਉਹਨਾਂ ਨੂੰ ਉੱਤਰ ਦਿੱਤਾ, ਪ੍ਰਭੂ ਨੇ ਮੇਰੇ ਨਾਲ ਗੱਲ ਕੀਤੀ ਹੈ ਅਤੇ ਉਸਨੇ ਮੈਨੂੰ ਕਿਹਾ ਕਿ ਮੈਂ ਇਜ਼ਰਾਈਲੀਆਂ ਨੂੰ ਇਹ ਸੰਦੇਸ਼ ਦੇਵਾਂ, ਤੁਹਾਨੂੰ ਮੰਦਰ ਦੀ ਸ਼ਕਤੀ ਉੱਤੇ ਮਾਣ ਹੈ, ਤੁਸੀਂ ਇਸਦੇ ਦਰਸ਼ਨ ਕਰਨੇ ਅਤੇ ਉਸ ਵਿੱਚ ਜਾਣਾ ਪਸੰਦ ਕਰਦੇ ਹੋ, ਪਰ ਪ੍ਰਭੂ ਉਸਨੂੰ ਭ੍ਰਸ਼ਟ ਕਰ ਰਿਹਾ ਹੈ। ਤੁਹਾਡੇ ਟੱਬਰਾਂ ਦੇ ਜਰੂਸਲਮ ਵਿੱਚ ਪਿੱਛੇ ਰਹਿ ਗਏ ਲੋਕ ਲੜਾਈ ਵਿੱਚ ਮਾਰੇ ਜਾਣਗੇ, ਤਦ ਤੁਸੀਂ ਮੇਰੇ ਕਹੇ ਅਨੁਸਾਰ ਕਰੋਗੇ। ਤੁਸੀਂ ਸੋਗ ਪ੍ਰਗਟ ਕਰਨ ਲਈ ਨਾ ਆਪਣੇ ਮੂੰਹ ਟੱਕੋਗੇ ਅਤੇ ਨਾ ਹੀ ਸੋਗੀਆਂ ਵਾਲਾ ਭੋਜਨ ਖਾਓਗੇ। ਤੁਸੀਂ ਸੋਗ ਪ੍ਰਗਟ ਕਰਨ ਲਈ ਨਾ ਸਿਰ ਨੰਗੇ ਕਰੋਗੇ ਅਤੇ ਨਾ ਹੀ ਨੰਗੇ ਪੈਰੀ ਚੱਲੋਗੇ। ਤੁਹਾਡੇ ਸੋਗ ਦੀ ਆਵਾਜ਼ ਜਾਂ ਵੈਣ ਦੀ ਆਵਾਜ਼ ਸੁਣਾਈ ਨਹੀਂ ਦੇਵੇਗੀ। ਤੁਸੀਂ ਆਪਣੇ ਪਾਪਾਂ ਕਾਰਨ ਲਿੱਸੇ ਹੁੰਦੇ ਜਾਓਗੇ ਅਤੇ ਤੁਸੀਂ ਇੱਕ ਦੂਜੇ ਸਾਹਮਣੇ ਤਾਹਾਂ ਮਾਰੋਗੇ। ਸੋ ਮੈਂ ਤੁਹਾਡੇ ਲਈ ਚਿੰਨ੍ਹ ਹਾਂ, ਕਿਉਂਕਿ ਤੁਸੀਂ ਸਭ ਕੁਝ ਇਹੋ ਹੀ ਕਰੋਗੇ ਜੋ ਮੈਂ ਕੀਤਾ ਹੈ। ਪ੍ਰਭੂ ਕਹਿੰਦਾ ਹੈ, ਜਦੋਂ ਇਹ ਸਭ ਕੁਝ ਹੋਵੇਗਾ ਤਾਂ ਤੁਸੀਂ ਜਾਣੋਗੇ ਕਿ ਉਹ ਪ੍ਰਭੂ ਪਰਮੇਸ਼ਵਰ ਹੈ। ਇਹ ਪ੍ਰਭੂ ਦੀ ਪਵਿੱਤਰ ਬਾਣੀ ਹੈ। ਖੁਦਾ ਦਾ ਸ਼ੁਕਰ ਹੋਵੇ। ਉਹ ਧਨ ਜਿਸ ਨੇ ਬਖਸ਼ ਗਏ ਸਭ ਗੁਨਾਹ ਤੇ ਟਹਿਕ ਗਏ ਸਾਰੇ ਉਹ ਗੁਣ ਸਦਾ। ਉਹ ਧਨ ਜਿਸ ਨੇ ਬਖਸ਼ ਗਏ ਸਭ ਗੁਨਾਹ ਤੇ ਟਹਿਕ ਗਏ ਸਾਰੇ ਉਹ ਗੁਣ ਸਦਾ। ਧਨ ਜਿਸ ਨੇ ਬਖਸ਼ ਗਏ ਸਭ ਗੁਨਾਹ ਤੇ ਟਹਿਕ ਸਾਰੇ ਉਹ ਗੁਣ ਸਦਾ। ਜਿਸ ਦੇ ਬਾਰੇ
ਪ੍ਰਚਾਰ ਕਰੀ ਜਾਵਾਂ ਯਾਦ ਕਰੀ ਜਾਵਾਂ ਯਸੂ ਯਾਦ ਕਰੀ ਜਾਵਾਂ ਯਾਦ ਕਰੀ ਜਾਵਾਂ ਯਸੂ ਯਾਦ ਕਰੀ ਜਾਵਾਂ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ ਪਾਠ ਪਵਿੱਤਰ ਅੰਜੀਲ ਦਾ ਸੰਤ ਮੱਥੀ ਦੇ ਅਨੁਸਾਰ ਤੇਰੀ ਵਡਿਆਈ ਹੋਵੇ ਐ ਪ੍ਰਭੂ ਸੰਤ ਮੱਥੀ ਦੀ ਅੰਜੀਲ ਉਸਦਾ 19 ਬਾਬ 16 ਆਈ ਤੋਂ ਲੈ ਕੇ ਵਾਈ ਆਈ ਤੱਕ ਪ੍ਰਭੂ ਦਾ ਵਚਨ ਇੱਕ ਆਦਮੀ ਉਸ ਕੋਲ ਇਹ ਕਹਿੰਦੇ ਹੋਏ ਆਇਆ ਗੁਰੂ ਜੀ ਆਨੰਦ ਜੀਵਨ ਪਾਉਣ ਲਈ ਮੈਨੂੰ ਕਿਹੜਾ ਨੇਕ ਕੰਮ ਕਰਨਾ ਚਾਹੀਦਾ ਹੈ ਉਸਨੇ ਉਸਨੂੰ ਕਿਹਾ ਨੇਕ ਦੇ ਬਾਰੇ ਤੁਸੀਂ ਮੈਨੂੰ ਕਿਉਂ ਪੁੱਛਦੇ ਹੋ ਇੱਕ ਹੀ ਤਾਂ ਨੇਕ ਹੈ ਜੇਕਰ ਤੁਸੀਂ ਜੀਵਨ ਵਿੱਚ ਦਾਖਲ ਹੋਣਾ ਚਾਹੁੰਦੇ ਹੋ ਤਾਂ ਆਗਿਆਵਾਂ ਦਾ ਪਾਲਣਾ ਕਰੋ ਉਸਨੇ ਉਸਨੂੰ ਕਿਹਾ ਕਿਹੜੀ ਆਂਦੀ ਯੇਸੂ ਨੇ ਕਿਹਾ ਤੁਸੀਂ ਕਤਲ ਨਾ ਕਰਨਾ ਤੁਸੀਂ ਵਿਭਜਾਰ ਨਾ ਕਰਨਾ ਤੁਸੀਂ ਚੋਰੀ ਨਾ ਕਰਨਾ ਤੁਸੀਂ ਝੂਠੀ ਗਵਾਹੀ ਨਾ ਦੇਣਾ ਆਪਣੇ ਮਾਤਾ ਪਿਤਾ ਦਾ ਆਦਰ ਕਰਨਾ ਅਤੇ ਤੁਸੀਂ ਆਪਣੇ ਗੁਆਂਢੀਆਂ ਨੂੰ ਆਪਣੇ ਵਾਂਗ ਪਿਆਰ ਕਰਨਾ ਨੌਜਵਾਨ ਨੇ ਉਸਨੂੰ ਕਿਹਾ ਮੈਂ ਇਹਨਾਂ ਸਾਰੀਆਂ ਉੱਤੇ ਬਚਪਨ ਤੋਂ ਹੀ ਚੱਲਦਾ ਆਇਆ ਹਾਂ ਮੇਰੇ ਵਿੱਚ ਹੁਣ ਕੋਰ ਕੀ ਘਾਟ ਹੈ ਯੇਸੂ ਨੇ ਉਸਨੂੰ ਕਿਹਾ ਜੇਕਰ ਤੁਸੀਂ ਸਿੱਧ ਬਣਨਾ ਚਾਹੁੰਦੇ ਹੋ ਤਾਂ ਜਾਓ ਆਪਣੀ ਸਾਰੀ ਜਾਇਦਾਦ ਵੇਚ ਕੇ ਗਰੀਬਾਂ ਵਿੱਚ ਵੱਢ ਦੇਵੋ
ਅਤੇ ਤੁਹਾਡੇ ਲਈ ਸਵਰਗਾਂ ਵਿੱਚ ਖਜ਼ਾਨਾ ਹੋਵੇਗਾ। ਫਿਰ ਆਵੋ ਅਤੇ ਮੇਰੀ ਪੈਰਵੀ ਕਰੋ। ਜਦ ਉਸ ਨੌਜਵਾਨ ਦੇ ਇਹ ਸੁਣਿਆ ਤਾਂ ਇਹ ਬਹੁਤ ਦੁਖੀ ਹੋ ਕੇ ਚਲਾ ਗਿਆ, ਕਿਉਂਕਿ ਉਸਦੇ ਕੋਲ ਜਾਇਦਾਦ ਬਹੁਤ ਸੀ। ਪ੍ਰਭੂ ਦੀ ਪਾਕ ਅੰਜੀਲ। ਤੇਰੀ ਮਹਿਮਾ ਹੋਵੇ ਐ ਮਸੀਹਾ। ਅਸੀਂ ਵਿੱਚ ਪਿਆਰੀਓ, ਪ੍ਰਭੂ ਦਾ ਇਸ ਵਚਨ ਦੇ ਲਈ ਅਸੀਂ ਪ੍ਰਭੂ ਦਾ ਧੰਨਵਾਦ ਕਰਾਂਗੇ। ਪ੍ਰਭੂ ਦਾ ਵਚਨ ਵਿੱਚ ਅਸੀਂ ਅੱਜ ਦੇਖਦੇ ਹਾਂ ਇੱਕ ਨੌਜਵਾਨ ਪ੍ਰਭੂ ਦੇ ਕੋਲ ਆ ਕੇ ਇੱਕ ਵਧੀਆ ਪ੍ਰਸ਼ਨ ਪੁੱਛਦਾ ਹੈ, ਇੱਕ ਵਧੀਆ ਆਸ ਰੱਖ ਕੇ ਪ੍ਰਭੂ ਦੇ ਕੋਲ ਆਇਆ ਹੈ। ਵਧੀਆ ਆਸ ਹੈ, ਅਸੀਂ ਸਾਰੇ ਚਾਹੁੰਦਾ ਹਾਂ ਕਿ ਅਸੀਂ ਵੀ ਸਵਰਗ ਰਾਜ ਵਿੱਚ ਜਾਣਾ ਹੈ, ਨਿੱਕ ਕੰਮ ਕਰਨਾ ਹੈ, ਪ੍ਰਭੂ ਦੇ ਕੋਲ ਜਾਣਾ ਹੈ, ਅਸੀਂ ਵੀ ਚਾਹੁੰਦੇ ਨੇ। ਅਤੇ ਪ੍ਰਭੂ ਨੇ ਉਸਨੂੰ ਸਾਫ ਢੰਗ ਨਾਲ ਸਿਖਾਉਂਦੇ ਨੇ। ਇਸ ਮਸੀਹ ਨੇ ਉਹਨਾਂ ਨੂੰ ਕਿਹਾ, ਤੁਸੀਂ ਕਤਲ ਨਾ ਕਰਨਾ, ਵਿਭਜਾਰ ਨਾ ਕਰਨਾ, ਕਾਫੀ ਚੀਜ਼ ਪ੍ਰਭੂ ਨੇ ਉਹਨਾਂ ਨੂੰ ਦੱਸਿਆ। ਨੌਜਵਾਨ ਬਹੁਤ ਖੁਸ਼ ਹੋ ਕੇ ਦੱਸਿਆ, ਪ੍ਰਭੂ ਇਹ ਮੈਂ ਸਭ ਕਰ ਰਹਾ। ਹਾਲੇਲੂਇਆ। ਅਗਰ ਆਪ ਧਿਆਨ ਦੇਵੋਗੇ ਤਾਂ ਮੈਨੂੰ ਇਹ ਲੱਗ ਰਿਹਾ ਹੈ, ਨੌਜਵਾਨ ਜਦੋਂ ਉੱਤਰ ਦਿੰਦੇ ਸਮਾਂ ਨੌਜਵਾਨ ਇੱਕ ਝੂਠ ਬੋਲ ਰਿਹਾ ਪ੍ਰਭੂ ਨੂੰ, ਕਿਉਂਕਿ ਪ੍ਰਭੂ ਨੇ ਉਸਨੂੰ ਕਿਹਾ, ਵਿਭਜਾਰ ਨਾ ਕਰਨਾ, ਤੁਸੀਂ ਚੋਰੀ ਨਾ ਕਰਨਾ, ਤੁਸੀਂ ਝੂਠੀ ਗਵਾਹੀ ਨਾ ਦੇਣਾ, ਆਪਣੇ ਮਾਤਾ ਪਿਤਾ ਦਾ ਆਦਰ ਕਰਨਾ, ਅਤੇ ਤੁਸੀਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ। ਸੋ ਇਹ ਨੌਜਵਾਨ ਕਹਿੰਦੇ ਨੇ, ਪ੍ਰਭੂ ਜੀ ਮੈਂ ਇਹ ਸਭ ਕਰਦੇ ਆ ਰਹੇ। ਅਗਰ ਇਸਦਾ ਆਖਰੀ ਡਾਇਲੋਗ ਹੈ ਪ੍ਰਭੂ ਦਾ, ਪ੍ਰਭੂ ਨੇ ਆਖਰੀ ਮੈਂ ਇੱਕ ਚੀਜ਼ ਇਹਨਾਂ ਨੂੰ ਦੱਸ ਰਿਹਾ। ਪ੍ਰਭੂ ਨੇ ਕਿਹਾ, ਤੁਹਾਡੇ ਵਿੱਚ ਇੱਕ ਕਮੀ ਹੈ। ਯਿਸੂ ਨੇ ਉਸਨੂੰ ਕਿਹਾ, ਜੇਕਰ ਤੁਸੀਂ ਸਿੱਧ ਬਣਨਾ ਚਾਹੁੰਦੇ ਹੋ ਤਾਂ ਜਾਵੋ ਆਪਣੀ ਸਾਰੀ ਜਾਇਦਾਦ ਵੇਚ ਕੇ ਗਰੀਬਾਂ ਵਿੱਚ ਵੰਡ ਦੇਵੋ। ਔਰ ਦੇਖੋ, ਪ੍ਰਭੂ ਨੇ ਕਹਿੰਦਾ ਹੈ, ਤੁਹਾਡੀ ਸਾਰੀ ਜਾਇਦਾਦ ਗਰੀਬਾਂ ਨੂੰ ਵੇਚ ਕੇ ਗਰੀਬਾਂ ਨੂੰ ਵੰਡ ਦੇਵੋ ਅਤੇ ਤੁਹਾਡੇ ਲਈ ਸਵਰਗ ਵਿੱਚ ਖਜ਼ਾਨਾ ਹੋਵੇਗਾ। ਸੋ ਇਸਦਾ ਮਤਲਬ ਹੈ, ਦੇਖੋ ਇਧਰ ਵਿੱਚ ਲਿਖਿਆ ਹੈ, ਤੁਸੀਂ ਆਪਣੇ ਗੁਆਂਢੀ ਨੂੰ ਆਪਣੇ ਵਾਂਗ ਪਿਆਰ ਕਰਨਾ। ਅਗਰ ਆਪਣੇ ਵਾਂਗ ਪਿਆਰ ਕਰਨਾ ਹੈ ਤਾਂ ਤੁਹਾਡੇ ਗੁਆਂਢੀਆਂ ਦੇ ਵਿੱਚ ਤੁਹਾਡੇ ਉਨਕੇ ਪਾਸ ਮੈਂ ਕੋਈ ਗਰੀਬ ਲੋਕ ਨਹੀਂ ਹੋਣਾ। ਹਾਲੇਲੂਇਆ। ਸੋ ਇਸ ਕਰਕੇ ਇਸ ਨੌਜਵਾਨ ਇਹ ਕੰਮ ਕਰਨ ਦੇ ਲਈ ਤਿਆਰ ਨਹੀਂ ਥਾ। ਮਸੀਹ ਵਿੱਚ ਪਿਆਰੀਓ, ਅਸੀਂ ਸਾਰੇ ਪ੍ਰਭੂ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ, ਸਾਰੇ ਚਾਹੁੰਦੇ ਨੇ, ਲੇਕਿਨ ਇੱਕ ਹੀ ਕਮੀ ਹੈ, ਅਸੀਂ ਅਕੇਲਾ ਜਾਣਾ ਚਾਹੁੰਦੇ ਨੇ। ਆਜ ਇਸ ਨੌਜਵਾਨ ਦਾ ਵੀ ਪ੍ਰੋਬਲਮ ਇਹ ਹੈ, ਉਹ ਵੀ ਅੱਗੇ ਵਧਣਾ ਚਾਹੁੰਦੇ ਨੇ, ਪ੍ਰਭੂ ਦੇ ਵਿੱਚ ਅੱਗੇ ਵਧਣਾ ਹੈ, ਆਸ਼ ਹੈ, ਲੇਕਿਨ ਕੀ ਪ੍ਰੋਬਲਮ ਹੈ, ਆਪ ਓਨਲੀ ਖੁਦ ਜਾਣਾ ਚਾਹੁੰਦੇ ਨੇ, ਉਹੀ ਹੈ ਪ੍ਰੋਬਲਮ, ਖੁਦ ਜਾਣਾ ਚਾਹੁੰਦੇ ਨੇ। ਪ੍ਰਭੂ ਨੂੰ ਇਹ ਬਿਲਕੁਲ ਪਤਾ ਹੈ, ਇਸ ਲਈ ਬੋਲਾ, ਤੁਸੀਂ ਜਾ ਕੇ ਆਪਣੇ ਥਨ ਸਹੂਲਤ ਵੇਚ ਕੇ ਗਰੀਬਾਂ ਨੂੰ ਵੱਢ ਦੇ, ਫਿਰ ਆ ਜਾ। ਵਚਨ ਵਿੱਚ ਅਸੀਂ ਸਾਫ ਪੜ੍ਹਦੇ ਹਾਂ, ਦੇਖੋ ਜਦ ਉਸ ਨੌਜਵਾਨ ਨੇ ਇਹ ਸੁਣਿਆ, ਕੀ ਸੁਣਿਆ ਹੈ, ਪ੍ਰਭੂ ਨੇ ਕਿਹਾ, ਅਗਰ ਤੁਸੀਂ ਅੱਗੇ ਵਧਣਾ ਚਾਹੁੰਦੇ ਨੇ ਪ੍ਰਭੂ ਦੇ ਵਿੱਚ, ਜਾ ਕੇ ਆਪਣੇ ਜਾਇਦਾਦ ਨੂੰ ਵੇਚ ਕੇ ਗਰੀਬਾਂ ਨੂੰ ਦੇ ਦਿਓ। ਪਹਿਲੇ ਆਲਰੇਡੀ ਬੋਲ ਚੁੱਕਾ ਹੈ, ਮੈਂ ਗੁਆਂਢੀਆਂ ਨੂੰ ਪਿਆਰ ਕਰਦਾ ਹਾਂ,
ਅਗਰ ਗਵਾਂਢੀਆਂ ਨੂੰ ਪਿਆਰ ਕਰਦੇ ਹੈ ਤਾਂ ਤੁਹਾਡੇ ਕੋਲ ਕਿਸ ਤਰ੍ਹਾਂ ਧਨ ਦੌਲਤ ਰਹੇਗਾ। ਇਸ ਲਈ ਪ੍ਰਭੂ ਨੇ ਇਸ ਨੂੰ ਯਾਦ ਦਿਲਾਇਆ, ਅਗਰ ਤੁਸੀਂ ਮੇਰੀ ਪੈਰਵੀ ਕਰਨਾ ਹੈ ਤਾਂ ਤੁਸੀਂ ਗਵਾਂਢੀਆਂ ਨੂੰ ਪਿਆਰ ਕਰਨਾ ਮਸਟ ਹੈ, ਪੱਕਾ ਕਰਨਾ। ਮਸੀਹ ਵਿੱਚ ਪਿਆਰੀਓ, ਕਾਫੀ ਲੋਕ ਪ੍ਰਭੂ ਦੇ ਵਿੱਚ ਅੱਗੇ ਵਧਣਾ ਚਾਹੁੰਦੇ ਨੇ, ਮੈਂ ਵੀ ਤੁਸੀਂ ਵੀ, ਇੱਕ ਹੀ ਕਮੀ ਰਹਿੰਦਾ ਹੈ। ਪ੍ਰਭੂ ਸਾਨੂੰ ਯਾਦ ਦਿਲਾਉਂਦਾ ਹੈ ਅੱਜ ਦੇ ਵਚਨ ਦੇ ਰਾਹੀਂ। ਅੱਜ ਅਸੀਂ ਪ੍ਰਾਰਥਨਾ ਕਰਾਂਗੇ, ਸਾਡੇ ਹਰ ਇੱਕ ਸਵਾਰਥ ਦਾ ਸੈਲਫਿਸ਼ ਨੂੰ ਛੱਡ ਕੇ। ਪ੍ਰਭੂ ਕਹਿੰਦੇ ਨੇ ਤੁਹਾਡਾ ਸਭ ਕੁਛ ਵੇਚਣਾ ਹੈ, ਸਾਡੇ ਕੋਲ ਕੁਛ ਵੀ ਨਹੀਂ ਰੱਖਣਾ। ਜਦੋਂ ਤੱਕ ਸਾਡੇ ਕੋਲ ਕੁਛ ਹੈ ਤਾਂ ਪ੍ਰਭੂ ਦੇ ਪਿੱਛੇ ਚੱਲਣਾ ਮੁਸ਼ਕਿਲ ਹੈ। ਇੱਕ ਪੁਰੋਹਿਤ ਹੋਣ ਨਾਤੇ ਮੈਨੂੰ ਵੀ ਤੁਹਾਨੂੰ ਵੀ, ਸਾਡੇ ਕੋਲ ਕੁਛ ਹੈ ਤਾਂ ਅੱਜ ਪ੍ਰਭੂ ਸਾਨੂੰ ਬੁਲਾਉਂਦੇ ਨੇ, ਸਾਡੇ ਬੁਰਾਈਆਂ ਮਾਦਤਾਂ ਨੂੰ, ਸਾਡੇ ਸੈਲਫਿਸ਼ ਨੂੰ, ਸਾਡੇ ਪਲੈਸ਼ਰਸ ਨੂੰ, ਸਾਡੇ ਦਿਲ ਦੀਆਂ ਕੋਈ ਵੀ ਚੀਜ਼ ਵੀ ਅਸੀਂ ਪ੍ਰਭੂ ਨੂੰ ਪੈਰਵੀ ਕਰਨਾ ਹੈ ਤਾਂ ਇਹ ਸਾਰੀਆਂ ਚੀਜ਼ਾਂ ਨੂੰ ਅਸੀਂ ਛੱਡਣਾ ਹੈ। ਆਈਏ ਇਸ ਪਾਕ ਮਾਸ ਦੀ ਗੁਰਬਾਣੀ ਵਿੱਚ ਅਸੀਂ ਪ੍ਰਾਰਥਨਾ ਕਰਾਂਗੇ, ਕਿਉਂਕਿ ਇਹ ਪਾਕ ਮਾਸ ਦੀ ਕੁਰਬਾਨੀ ਹੈ ਜੋ ਸਾਨੂੰ ਬੁਲਾਇਆ ਹੈ ਪੈਰਵੀ ਕਰਨ ਦੇ ਲਈ, ਉਹ ਸਾਨੂੰ ਸ਼ਕਤੀ ਦੇਵੇਗਾ। ਯਿਸੂ ਮਸੀਹ ਦਾ ਪੱਕ ਬਦਨ ਅਤੇ ਲਹੂ ਨੂੰ ਅਸੀਂ ਸਵੀਕਾਰ ਕਰੇਗਾ, ਜੋ ਵਚਨ ਵਿੱਚ ਨੌਜਵਾਨ ਦੁਖੀ ਹੋ ਕੇ ਵਾਪਸ ਚਲਾ ਗਿਆ, ਲੇਕਿਨ ਪ੍ਰਭੂ ਦੇ ਹਜ਼ੂਰੀ ਵਿੱਚ ਆ ਕੇ ਪ੍ਰਭੂ ਦੇ ਬਦਨ ਅਤੇ ਲਹੂ ਨੂੰ ਸਵੀਕਾਰ ਕਰਨ ਵਾਲਾ ਅਸੀਂ ਦੁਖੀ ਹੋ ਕੇ ਵਾਪਸ ਨਹੀਂ ਜਾਵਾਂਗੇ, ਅਸੀਂ ਪ੍ਰਭੂ ਦੇ ਪਿੱਛੇ ਚਲਾਂਗੇ। ਆਈਏ ਆਪਣੇ ਹੱਥਾਂ ਨੂੰ ਛੋੜ ਕੇ ਪ੍ਰਾਰਥਨਾ ਕਰਾਂਗੇ। ਪਿਆਰੇ ਪ੍ਰਭੂ, ਮੈਂ ਸਹੀ ਢੰਗ ਨਾਲ ਪੂਰੇ ਦਿਲ ਦੇ ਨਾਲ ਪਿਆਰੇ ਪ੍ਰਭੂ ਤੇਰੀ ਪੈਰਵੀ ਕਰਨਾ ਚਾਹੁੰਦੇ ਨੇ, ਮੈਨੂੰ ਇਹ ਤਾਕਤ ਦੇ, ਸ਼ਕਤੀ ਦੇ। ਪਰਮੇਸ਼ਵਰ ਨੂੰ ਇਮਾਨ ਦਾ ਬਲੀਦਾਨ ਚੜਾਓ, ਸੱਚ ਦੇ ਪਰਮੇਸ਼ਵਰ ਨੂੰ ਇਮਾਨ ਦਾ ਬਲੀਦਾਨ ਚੜਾਓ, ਸੱਚ ਦੇ ਪਰਮੇਸ਼ਵਰ ਨੂੰ ਇਮਾਨ ਦਾ ਬਲੀਦਾਨ ਚੜਾਓ, ਸੱਚ ਦੇ ਪਰਮੇਸ਼ਵਰ ਨੂੰ। ਹਾਂ ਉਸ ਤੇ ਉਮੀਦ ਰੱਖੋ ਤੁਸੀਂ ਸਾਰੇ, ਬੇੜੇ ਲਾਉਂਦਾਏ ਜੋ ਕਿਨਾਰੇ, ਉਸ ਤੇ ਉਮੀਦ ਰੱਖੋ ਤੁਸੀਂ ਸਾਰੇ, ਬੇੜੇ ਲਾਉਂਦਾਏ ਜੋ ਕਿਨਾਰੇ। ਇਮਾਨ ਦਾ ਬਲੀਦਾਨ ਚੜਾਓ, ਸੱਚ ਦੇ ਪਰਮੇਸ਼ਵਰ ਨੂੰ ਇਮਾਨ ਦਾ ਬਲੀਦਾਨ ਚੜਾਓ, ਸੱਚ ਦੇ ਪਰਮੇਸ਼ਵਰ ਨੂੰ। ਪ੍ਰਾਵਤ ਪੈਣੋ ਪ੍ਰਾਰਥਨਾ ਕਰੋ ਕਿ ਮੇਰੀ ਅਤੇ ਤੁਹਾਡੀ ਇਹ ਕੁਰਬਾਨੀ ਪੂਰੀ ਕੁਦਰਤ ਵਾਲਾ ਖੁਦਾ ਬਾਪ ਨੂੰ ਕਬੂਲ ਹੋਵੇ।
ਪ੍ਰਭੂ ਇਸ ਕੁਰਬਾਨੀ ਨੂੰ ਤੁਹਾਡੇ ਹੱਥਾਂ ਦੇ ਵਿੱਚੋਂ ਆਪਣੇ ਨਾਮ ਦੀ ਉਸਤਤ ਅਤੇ ਵਡਿਆਈ ਲਈ ਅਤੇ ਸਾਡੇ ਅਤੇ ਸਾਰੀ ਪਾਕ ਕਲੀਸਿਯਾ ਦੇ ਭਲੇ ਲਈ ਕਬੂਲ ਕਰੇ। ਇਹ ਪ੍ਰਭੂ ਸਾਡੇ ਨਜ਼ਰਾਨੇ ਨੂੰ ਕਬੂਲ ਕਰ। ਇਹ ਚੜਾਵਾ ਸਾਡੀ ਗਰੀਬੀ ਅਤੇ ਤੇਰੀ ਮਹਾਨ ਦਾਦੀ ਆਪੋ ਵਿੱਚ ਇੱਕ ਭੇਤ ਭਰੀ ਮੁਲਾਕਾਤ ਹੈ। ਤੇਰੇ ਵੱਲੋਂ ਦਿੱਤੀਆਂ ਚੀਜ਼ਾਂ ਨੂੰ ਲਿਆ ਕੇ ਅਸੀਂ ਤੈਨੂੰ ਚੜਾਉਂਦੇ ਹਾਂ ਅਤੇ ਬਦਲੇ ਵਿੱਚ ਤੂੰ ਸਾਡੇ ਲਈ ਆਪਣੇ ਆਪ ਨੂੰ ਤੋਹਫ਼ੇ ਵਿੱਚ ਦਿੰਦਾ ਹੈ, ਸਾਡੇ ਪ੍ਰਭੂ ਯੇਸੂ ਮਸੀਹ ਦੇ ਰਾਹੀਂ। ਆਮੀਨ। ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਤੁਸੀਂ ਆਪਣੇ ਦਿਲ ਪ੍ਰਭੂ ਵੱਲ ਲਖਾਓ। ਅਸੀਂ ਆਪਣਾ ਦਿਲ ਪ੍ਰਭੂ ਵੱਲ ਲਗਾਉਂਦੇ ਹਾਂ। ਅਸੀਂ ਆਪਣੇ ਪ੍ਰਭੂ ਖੁਦਾ ਦਾ ਧੰਨਵਾਦ ਕਰੀਏ। ਇਹ ਸਹੀ ਅਤੇ ਯੋਗ ਹੈ। ਇਹ ਪ੍ਰਭੂ ਪਵਿੱਤਰ ਬਾਪ ਪੂਰੀ ਕੁਦਰਤ ਵਾਲੇ ਅਤੇ ਅਕਾਲ ਖੁਦਾ, ਇਹ ਸੱਚਮੁੱਚ ਸਹੀ ਅਤੇ ਯੋਗ ਹੈ, ਮੁਕਤੀ ਪਾਉਣ ਦਾ ਰਾਹ ਹੈ ਕਿ ਅਸੀਂ ਹਰ ਵੇਲੇ ਅਤੇ ਹਰ ਥਾਂ ਯਿਸੂ ਮਸੀਹ ਆਪਣੇ ਪ੍ਰਭੂ ਦੇ ਰਾਹੀਂ ਤੇਰਾ ਧੰਨਵਾਦ ਕਰੀਏ। ਆਪਣੇ ਪਿਆਰੇ ਬੇਟੇ ਦੇ ਰਾਹੀਂ ਤੂੰ ਸਾਡੇ ਮਨੁੱਖੀ ਪਰਿਵਾਰ ਨੂੰ ਸਿਰਜਿਆ ਅਤੇ ਉਸ ਦੇ ਰਾਹੀਂ ਤੂੰ ਸਾਨੂੰ ਆਪਣੇ ਸਰੂਪ ਉੱਤੇ ਮੂੜ ਬਹਾਲ ਕੀਤਾ। ਇਸ ਲਈ ਇਹ ਤੇਰਾ ਹੱਕ ਹੈ ਕਿ ਸਾਰੀ ਸ੍ਰਿਸ਼ਟੀ ਤੇਰੀ ਆਗਿਆ ਦਾ ਪਾਲਣਾ ਕਰੇ ਅਤੇ ਸਾਰੀ ਕਲੀਸੀਆ ਧਰਤੀ ਉੱਤੇ ਤੇਰੀ ਉਸਤਤ ਕਰੇ ਅਤੇ ਸਵਰਗ ਵਿੱਚ ਸਾਰੇ ਸੰਤ ਤੇਰਾ ਧੰਨਵਾਦ ਕਰਨ। ਇਸ ਲਈ ਅਸੀਂ ਆਪਣੀ ਖੁਸ਼ੀ ਵਿੱਚ ਫਰਿਸ਼ਤਿਆਂ ਦੇ ਸੰਗਤੀ ਜਥਿਆਂ ਨਾਲ ਮਿਲ ਕੇ ਤੇਰੀ ਮਹਿਮਾ ਦੇ ਗੀਤ ਗਾਉਂਦੇ ਹੋਏ ਇਹ ਐਲਾਨ ਕਰਦੇ ਹਾਂ। ਪਾਕ 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 ਲਸ਼ਕਰਾਂ ਦੇ ਪ੍ਰਭੂ ਖੁਦਾ, ਸਵਰਗ ਅਤੇ ਧਰਤੀ ਤੇਰੇ ਜਲਾਲ ਨਾਲ ਭਰਪੂਰ ਹਨ। ਉਚਾਈਆਂ ਵਿੱਚ ਹੋਸਨਾ, ਮੁਬਾਰਕ ਹੈ ਉਹ ਜੋ ਪ੍ਰਭੂ ਦੇ ਨਾਮ ਉੱਤੇ ਆਉਂਦਾ ਹੈ। ਉਚਾਈਆਂ ਵਿੱਚ ਹੋਸਨਾ। ਏ ਪ੍ਰਭੂ ਤੂੰ ਸੱਚਮੁੱਚ ਪਾਕ ਹੈ ਅਤੇ ਸਭ ਪਵਿੱਤਰ ਦਾ ਸੋਮਾ ਹੈ। ਇਸ ਲਈ ਅਸੀਂ ਬੇਨਤੀ ਕਰਦੇ ਹਾਂ ਕਿ ਜਿਸ ਤਰ੍ਹਾਂ ਤਰਲ ਪੈਂਦੀ ਹੈ ਉਸੇ ਤਰ੍ਹਾਂ ਤੂੰ ਆਪਣੇ ਰੂਪ ਪਾਕ ਨੂੰ ਭੇਜ ਕੇ ਇਹਨਾਂ ਨਜ਼ਰਾਣੀਆਂ ਨੂੰ ਪਵਿੱਤਰ ਕਰ, ਤਾਂ ਜੋ ਇਹ ਸਾਡੇ ਲਈ ਸਾਡੇ ਪ੍ਰਭੂ ਯਿਸੂ ਮਸੀਹ ਦਾ ਬਦਨ ਅਤੇ ਲਹੂ ਬਣ ਜਾਵੇ। ਉਸਨੇ ਆਪਣੀ ਮਰਜ਼ੀ ਨਾਲ ਆਪਣੇ ਆਪ ਨੂੰ ਦੁੱਖ ਤਸਿਆਂ ਲਈ ਸੌਂਪਦੇ ਹੋਏ ਰੋਟੀ ਲਈ ਧੰਨਵਾਦ ਕਰ ਦਿਆ, ਰੋਟੀ ਤੋੜੀ ਅਤੇ ਆਪਣੇ ਚੇਲੀਆਂ ਨੂੰ ਦਿੱਤੀ। ਇਹ ਕਹਿੰਦੇ ਹੋਏ ਤੁਸੀਂ ਸਾਰੇ ਲਵੋ ਅਤੇ ਇਸ ਵਿੱਚੋਂ ਖਾਓ, ਕਿਉਂ ਜੋ ਇਹ ਮੇਰਾ ਬਦਨ ਹੈ ਜਿਹੜਾ ਤੁਹਾਡੇ ਲਈ ਕੁਰਬਾਨ ਕੀਤਾ ਜਾਵੇਗਾ। ਇਸੇ ਤਰ੍ਹਾਂ ਭੋਜਨ ਕਰਨ ਤੋਂ ਬਾਅਦ ਉਸਨੇ ਪਿਆਲਾ ਲਿਆ, ਇੱਕ ਵਾਰ ਫਿਰ ਧੰਨਵਾਦ ਕਰ ਦਿਆ, ਪਿਆਲਾ ਆਪਣੇ ਚੇਲਿਆਂ ਨੂੰ ਦਿੱਤਾ। ਇਹ ਕਹਿੰਦੇ ਹੋਏ ਤੁਸੀਂ ਸਾਰੇ ਹੀ ਲਵੋ
ਅਤੇ ਇਸ ਵਿੱਚੋਂ ਪੀਵੋ, ਕਿਉਂਚੋ ਇਹ ਮੇਰੇ ਲਹੂ ਦਾ ਪਿਆਲਾ ਹੈ, ਨਵੇਂ ਅਤੇ ਸਦੀ ਵੀ ਨੇਮ ਦਾ ਲਹੂ, ਜੋ ਤੁਹਾਡੇ ਅਤੇ ਬਹੁਤਿਆਂ ਵਾਸਤੇ ਗੁਨਾਹ ਦੀ ਮਾਫੀ ਲਈ ਬਹਾਇਆ ਜਾਵੇਗਾ। ਮੇਰੀ ਯਾਦ ਵਿੱਚ ਇਹ ਕਰਿਆ ਕਰੋ। ਇਮਾਨ ਦਾ ਭੇਦ। ਇਹ ਪ੍ਰਭੂ, ਅਸੀਂ ਤੇਰੀ ਮੌਤ ਦਾ ਐਲਾਨ ਕਰਦੇ ਹਾਂ ਅਤੇ ਤੇਰੇ ਜੀ ਉੱਠਣ ਦੀ ਮੁਨਾਦੀ ਕਰਦੇ ਹਾਂ ਜਦ ਤੱਕ ਤੂੰ ਫਿਰ ਆਵੇਂਗਾ। ਇਹ ਪ੍ਰਭੂ, ਅਸੀਂ ਯਿਸੂ ਮਸੀਹ ਦੀ ਮੌਤ ਅਤੇ ਉਸਦੇ ਜੀ ਉੱਠਣ ਦੀ ਯਾਦਕਾਰੀ ਨੂੰ ਮਨਾਉਂਦੇ ਹੋਏ ਤੈਨੂੰ ਜੀਵਨ ਦੀ ਰੋਟੀ ਅਤੇ ਮੁਕਤੀ ਦਾ ਪਿਆਲਾ ਚੜਾਉਂਦੇ ਹਾਂ। ਅਸੀਂ ਤੇਰਾ ਧੰਨਵਾਦ ਕਰਦੇ ਹਾਂ, ਕਿਉਂ ਜੋ ਤੁਸਾਂ ਇਸ ਯੁਗ ਠਹਿਰਾਇਆ ਕਿ ਅਸੀਂ ਤੇਰੀ ਹਜ਼ੂਰੀ ਵਿੱਚ ਦਾਖਲ ਹੋ ਕੇ ਤੇਰੀ ਸੇਵਾ ਕਰੀਏ। ਅਸੀਂ ਹਲੀਮੀ ਨਾਲ ਦੁਆ ਕਰਦੇ ਹਾਂ ਕਿ ਮਸੀਹ ਦੇ ਬਦਨ ਅਤੇ ਲਹੂ ਵਿੱਚ ਹਿੱਸਾ ਲੈਣ ਦੁਆਰਾ ਅਸੀਂ ਰੂਪ ਪਾਕ ਤੇ ਰਾਹੀ ਏਕਤਾ ਵਿੱਚ ਬਚੇ ਰਹੀਏ। ਇਹ ਪ੍ਰਭੂ, ਸਾਰੀ ਧਰਤੀ ਉੱਤੇ ਫੈਲੀ ਹੋਈ ਆਪਣੇ ਕਲੀਸੀਆ ਨੂੰ ਯਾਦ ਕਰ ਅਤੇ ਉਸਨੂੰ ਸਾਡੇ ਸੰਤ ਪਾਪਾ ਫ੍ਰਾਂਸਿਸ, ਸਾਡੇ ਬਿਸ਼ਪ ਅਗਨਲੋ ਅਤੇ ਸਾਰੇ ਪੁਰੋਹਿਤਾਂ ਨਾਲ ਪਿਆਰ ਦੀ ਸੰਪੂਰਨਤਾ ਵਿੱਚ ਕਾਇਮ ਰੱਖ। ਸਾਡੇ ਪਿੰਡ ਭਰਾਵਾਂ ਨੂੰ ਵੀ ਯਾਦ ਕਰ ਜਿਹੜੇ ਜੀ ਉੱਠਣ ਦੀ ਉਮੀਦ ਨਾਲ ਸੋ ਗਏ ਹਨ, ਅਤੇ ਉਹਨਾਂ ਸਾਰਿਆਂ ਨੂੰ ਵੀ ਜੋ ਤੇਰੇ ਰਹਿਮ ਵਿੱਚ ਮਰ ਗਏ ਹਨ, ਇਹਨਾਂ ਦਾ ਤੂੰ ਆਪਣੀ ਹਜ਼ੂਰੀ ਦੇ ਛਾਨਣ ਵਿੱਚ ਸਵਾਗਤ ਕਰ। ਇਹ ਪ੍ਰਭੂ, ਅਸੀਂ ਬੇਨਤੀ ਕਰਦੇ ਹਾਂ ਕਿ ਸਾਡੇ ਸਾਰਿਆਂ ਉੱਤੇ ਦਇਆ ਕਰ, ਤਾਂ ਜੋ ਤਨ ਕੁਮਾਰੀ ਮਰੀਅਮ ਖੁਦਾ ਦੀ ਮਾਂ ਦੇ ਨਾਲ ਉਸੇ ਕੁਮਾਰ ਦੇ ਮੁਬਾਰਕ ਵਰਸਾਂ ਦੀ ਯੂਸਫ ਦੇ ਨਾਲ ਤਨ ਰਸੂਲਾਂ ਅਤੇ ਸਾਰੇ ਸੰਧਾਂ ਨਾਲ ਜਿਨ੍ਹਾਂ ਨੇ ਸਾਰੇ ਯੁਗਾਂ ਵਿੱਚ ਤੈਨੂੰ ਖੁਸ਼ ਕੀਤਾ ਹੈ, ਅਸੀਂ ਸਦੀ ਵੀ ਜੀਵਨ ਦੇ ਵਾਰਸ ਹੋਣ ਦੇ ਹੱਕਦਾਰ ਬਣ ਜਾਵਾਂਗੇ ਅਤੇ ਤੇਰੇ ਬੇਟੇ ਯਿਸੂ ਮਸੀਹ ਦੇ ਰਾਹੀਂ ਤੇਰੀ ਵਡਿਆਈ ਅਤੇ ਉਸਤਤ ਕਰਾਂਗੇ। ਉਸ ਤੇ ਰਾਹੀ ਅਤੇ ਉਸਦੇ ਨਾਲ ਅਤੇ ਉਸਦੇ ਵਿੱਚ ਏ ਖੁਦਾ, ਪੂਰੀ ਕੁਦਰਤ ਵਾਲੇ ਬਾ, ਰੂਪਾਕ ਦੀ ਏਕਤਾ ਵਿੱਚ ਸਭ ਜਲਾਲ ਅਤੇ ਵਡਿਆਈ ਤੇਰੀ ਹੀ ਹੈ, ਸਦਾ ਤੋਂ ਸਦਾ ਤੀਕਰ। ਆਓ ਅਸੀਂ ਸਾਰੇ ਮਿਲ ਕੇ ਪ੍ਰਾਰਥਨਾ ਕਰੀਏ। ਜਿਸ ਤਰ੍ਹਾਂ ਸਾਡੇ ਮੁਕਤੀ ਦਾਤਾ ਪ੍ਰਭੂ ਨੇ ਸਾਨੂੰ ਸਿਖਾਇਆ ਹੈ, ਇਹ ਸਾਡੇ ਬਾਪ ਜਿਹੜਾ ਤੂੰ ਅਸਮਾਨ ਉੱਤੇ ਹੈ, ਤੇਰਾ ਨਾਮ ਪਾਕ ਮੰਨਿਆ ਜਾਵੇ, ਤੇਰਾ ਰਾਜ ਆਵੇ, ਤੇਰੀ ਮਰਜ਼ੀ ਜਿਸ ਤਰ੍ਹਾਂ ਅਸਮਾਨ ਉੱਤੇ ਪੂਰੀ ਹੁੰਦੀ ਹੈ ਜ਼ਮੀਨ ਉੱਤੇ ਵੀ ਹੋਵੇ, ਸਾਡੇ ਰੋਜ਼ ਰੋਟੀ ਅੱਜ ਸਾਨੂੰ ਦੇ, ਸਾਡੇ ਕਸੂਰ ਸਾਨੂੰ ਮਾਫ਼ ਕਰ ਜਿਸ ਤਰ੍ਹਾਂ ਅਸੀਂ ਆਪਣੇ ਕਸੂਰਵਾਰਾਂ ਨੂੰ ਮਾਫ਼ ਕਰਦੇ ਹਾਂ, ਸਾਨੂੰ ਅਜਮਾਇਸ਼ ਵਿੱਚ ਨਾ ਪਾ ਸਗੋਂ ਬੁਰਾਈ ਤੋਂ ਬਚਾ। ਇਹ ਪ੍ਰਭੂ, ਅਸੀਂ ਪ੍ਰਾਰਥਨਾ ਕਰਦੇ ਹਾਂ ਸਭ ਬੁਰਾਈ ਤੋਂ ਸਾਨੂੰ ਬਚਾ, ਆਪਣੇ ਰਹਿਮ ਨਾਲ ਸਾਡੇ ਦਿਨਾਂ ਵਿੱਚ ਸ਼ਾਂਤੀ ਦੇ, ਤਾਂ ਜੋ ਤੇਰੀ ਦਇਆ ਦੀ ਮਦਦ ਨਾਲ ਅਸੀਂ ਹਮੇਸ਼ਾ ਗੁਨਾਹ ਤੋਂ ਮੁਕਤ ਹੋ ਰਹੀਏ
ਅਤੇ ਹਰ ਮੁਸੀਬਤ ਤੋਂ ਸੁਰੱਖਿਅਤ ਰਹੀਏ। ਜੀਵੇ ਮੁਬਾਰਕ ਉਮੀਦ ਰੱਖਦੇ ਹੋਏ ਅਸੀਂ ਯਿਸੂ ਮਸੀਹ ਸਾਡੇ ਮੁਕਤੀਦਾਤੇ ਦੀ ਆਉਣ ਦੀ ਉਡੀਕ ਕਰਦੇ ਹਾਂ। ਕਿਉਂ ਜੋ ਰਾਜ ਕੁਦਰਤ ਅਤੇ ਜਲਾਲ ਯੁਗ ਯੁਗ ਤੇਰਾ ਹੀ ਹੈ। ਇਹ ਪ੍ਰਭੂ ਯਿਸੂ ਮਸੀਹਾ, ਤੂੰ ਆਪਣੇ ਰਸੂਲਾਂ ਨੂੰ ਆਖੀਆ, ਮੈਂ ਤੁਹਾਨੂੰ ਸ਼ਾਂਤੀ ਦਿੰਦਾ ਹਾਂ, ਆਪਣੀ ਸ਼ਾਂਤੀ ਮੈਂ ਤੁਹਾਨੂੰ ਪ੍ਰਦਾਨ ਕਰਦਾ ਹਾਂ। ਤੂੰ ਸਾਡੇ ਗੁਨਾਹਾਂ ਨੂੰ ਨਹੀਂ ਸਗੋਂ ਆਪਣੇ ਕਲੀਸਿਆ ਦੇ ਇਮਾਨ ਨੂੰ ਵੇਖ ਅਤੇ ਉਸਨੂੰ ਆਪਣੀ ਮਰਜ਼ੀ ਮੁਤਾਬਕ ਸ਼ਾਂਤੀ ਅਤੇ ਏਕਤਾ ਪ੍ਰਦਾਨ ਕਰ। ਤੂੰ ਜੋ ਜੀਵਨ ਦਾ ਤੇ ਰਾਜ ਕਰਦਾ ਹੈ ਸਦਾ ਤੋਂ ਸਦਾ ਤੀ ਕਰ। ਪ੍ਰਭੂ ਦੀ ਸ਼ਾਂਤੀ ਸਦਾ ਤੁਹਾਡੇ ਨਾਲ ਹੋਵੇ ਅਤੇ ਤੁਹਾਡੀ ਰੂਹ ਨਾਲ ਵੀ ਹੋਵੇ। ਅਸੀਂ ਆਪੋ ਵਿੱਚ ਸ਼ਾਂਤੀ ਦਾ ਸਲਾਮ ਦੇਈਏ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਡੇ ਉੱਤੇ ਦਇਆ ਕਰ। ਐਲੇਲੇ ਖੁਦਾ ਦੇ, ਤੂੰ ਜਿਹੜਾ ਦੁਨੀਆ ਦੇ ਗੁਨਾਹ ਚੁੱਕ ਲੈਂਦਾ ਹੈ ਸਾਨੂੰ ਸ਼ਾਂਤੀ ਦੇ। ਦੇਖੋ ਖੁਦਾ ਦਾ ਲੇਲਾ, ਇਹਨੂੰ ਵੇਖੋ ਜਿਹੜਾ ਸੰਸਾਰ ਦੇ ਗੁਨਾਹ ਚੁੱਕ ਲੈਂਦਾ ਹੈ। ਤਨ ਹਨ ਉਹ ਜਿਹੜੇ ਲੇਲੇ ਦੇ ਪੋਛ ਲਈ ਸਦੇ ਗਏ ਹਨ। ਐ ਪ੍ਰਭੂ, ਮੈਂ ਸਿਯੋਗਤ ਨਹੀਂ ਹਾਂ ਕਿ ਤੂੰ ਮੇਰੀ ਛੱਤ ਲਿਆਵੇਂ, ਪਰ ਇੱਕ ਸ਼ਬਦ ਆਖ ਤਾਂ ਮੇਰੀ ਰੂਹ ਚੰਗੀ ਹੋ ਜਾਵੇਗੀ। ਚੁੱਕ ਮੋਢੇ ਸਲੀਬ ਤੁਰਿਆ ਸੀ ਜਾਂਦਾ,
ਚੁੱਕ ਮੋਢੇ ਸਲੀਬ ਤੁਰਿਆ ਸੀ ਜਾਂਦਾ ਸਾਡੇ ਗੁਨਾਹ ਲਈ ਕੋਣੇ ਉਖਾਂਦਾ ਵਗਣੇ ਬਦਨ ਚੋਂ ਲਹੂ ਦੀਆਂ ਤਾਰਾਂ ਵਗਣੇ ਬਦਨ ਚੋਂ ਲਹੂ ਦੀਆਂ ਤਾਰਾਂ ਲਹੂ ਤੇਰਾ ਮੇਰੇ ਖੁਦਾਇਆ ਬਣ ਗਿਆ ਮੇਰਾ ਕੁਫਾਰਾ ਲਹੂ ਤੇਰਾ ਮੇਰੇ ਖੁਦਾਇਆ ਬਣ ਗਿਆ ਮੇਰਾ ਕੁਫਾਰਾ ਪ੍ਰਭੂ ਕਹਿੰਦਾ ਹੈ ਜਿਉਂਦੀ ਰੋਟੀ ਮੈਂ ਹਾਂ ਜੋ ਸਵਰਗ ਤੋਂ ਉਤਰੀ ਹੈ ਜੇਕਰ ਕੋਈ ਇਸ ਰੋਟੀ ਵਿੱਚੋਂ ਖਾਂਦਾ ਹੈ ਉਹ ਹਮੇਸ਼ਾ ਲਈ ਜਿਉਂਦਾ ਰਹੇਗਾ ਅਸੀਂ ਪ੍ਰਭੂ ਦਾ ਧੰਨਵਾਦ ਕਰਾਂਗੇ ਪ੍ਰਭੂ ਨੇ ਆਪਣੇ ਵਚਨ ਅਤੇ ਲਹੂ ਨਾਲ ਸਾਨੂੰ ਰਚਾਇਆ ਹੈ ਪਿਆਰੇ ਪ੍ਰਭੂ ਯਿਸੂ ਤੇਰੀ ਪਾਕ ਹਜ਼ੂਰੀ ਅੱਜ ਸਾਡੇ ਨਾਲ ਹਰ ਇੱਕ ਕਦਮ 'ਚ ਸਾਡੇ ਨਾਲ ਹੋਵੇ ਅਸੀਂ ਪ੍ਰਾਰਥਨਾ ਕਰੀਏ ਏ ਖੁਦਾ ਇਸ ਸਾਕਰਮੈਂਟ ਵਿੱਚ ਤੂੰ ਸਾਨੂੰ ਯਿਸੂ ਮਸੀਹ ਦੇ ਜੀਵਨ ਵਿੱਚ ਹਿੱਸੇਦਾਰ ਬਣਾਇਆ ਹੈ ਅਸੀਂ ਹਲੀਮੀ ਨਾਲ ਬੇਨਤੀ ਕਰਦੇ ਹਾਂ ਕਿ ਸਾਨੂੰ ਆਪਣੇ ਬੇਟੇ ਦੇ ਸਰੂਪ ਅਤੇ ਸ਼ਕਲ ਵਿੱਚ ਬਦਲ ਦੇ ਤਾਂ ਜੋ ਅਸੀਂ ਸਵਰਗ ਵਿੱਚ ਉਸਦੇ ਨਾਲ ਉਸਦੇ ਜਲਾਲ ਦੇ ਵਾਰਸ ਬਣ ਜਾਈਏ ਸਾਡੇ ਪ੍ਰਭੂ ਯਿਸੂ ਮਸੀਹ ਦੇ ਰਾਹੀ ਆਮੀਨ ਪ੍ਰਭੂ ਤੁਹਾਡੇ ਨਾਲ ਹੋਵੇ ਅਤੇ ਤੁਹਾਡੇ ਰੂਹ ਨਾਲ ਵੀ ਹੋਵੇ ਪੂਰੀ ਕੁਦਰਤ ਵਾਲਾ ਖੁਦਾ ਬਾਪ ਬੇਟਾ ਅਤੇ ਰੂਹ ਪਾਕ ਤੁਹਾਨੂੰ ਬਰਕਤ ਦੇਵੇ ਆਮੀਨ ਕੁਰਬਾਨੀ ਚੜਾਈ ਗਈ ਸ਼ਾਂਤੀ ਨਾਲ ਜਾਓ ਖੁਦਾ ਦਾ ਸ਼ੁਕਰ ਹੋਵੇ ਦੁਆ ਯਾਦ ਕਰ ਐ ਨਹਾਇਤ ਮਿਹਰਬਾਨ ਕੁਆਰੀ ਮਰੀਮ ਪਏ ਕਦੇ ਨਹੀਂ ਸੁਣਿਆ ਗਿਆ ਕਿ ਕੋਈ ਵੀ ਤੇਰੀ ਪਨਾਹ ਲੱਭਦਿਆਂ ਤੇਰੀ ਮਦਦ ਚਾਹੁੰਦਿਆਂ ਤੇਰੀ ਸਿਫਾਰਿਸ਼ ਮੰਗਦਿਆਂ ਤੇਥੋਂ ਖਾਲੀ ਗਿਆ ਹੋਵੇ ਐ ਕੁਆਰੀ ਕੁਆਰੀਆਂ ਦੀ ਅਤੇ ਮੇਰੀ ਮਾਂ ਇਸ ਤਸੱਲੀ ਨਾਲ ਮੈਂ ਤੇਰੇ ਕੋਲ ਨੱਸ ਕੇ ਆਉਂਦਾ ਹਾਂ ਅਤੇ ਤੇਰੇ ਅੱਗੇ ਖਲੋ ਕੇ ਮੈਂ ਗੁਨਾਹੀ ਰੋਂਦਾ ਹਾਂ ਐ ਦਿਲ ਧਰੀ ਹੋਏ ਕਲਾਮ ਦੀ ਮਾਂ ਤੂੰ ਮੇਰੀ ਅਰਜ਼ਾ ਨੂੰ ਹਕੀਰ ਨਾ ਜਾਣ ਸਗੋਂ ਮਿਹਰਬਾਨੀ ਨਾਲ ਸੁਣ ਤੇ ਕਬੂਲ ਕਰ ਆਮੀਨ ਮਾਂ ਮਰੀਮ ਸ਼ਾਂਤੀ ਦੀ ਰਾਣੀ ਸਾਡੇ ਲਈ ਦੁਆ ਕਰ ਸੰਤ ਯੂਸਫ ਸਾਡੇ ਲਈ ਦੁਆ ਕਰ Thank you.
ਸੈਨਾ ਦਾ ਸੈਨਾ ਦਾ ਯਹੋਵਾ ਖੁਦਾ ਰਾਖੀ ਕਰਦਾ ਏ ਮੇਰੇ ਰਾਮ ਦੀ ਖੁਦਾ ਰਾਖੀ ਕਰਦਾ ਏ ਮੇਰੇ ਰਾਮ ਦੀ ਖੁਦਾ ਹੇਠਾਂ ਰੱਖਦਾ ਏ ਓ ਮੈਨੂੰ ਸੰਭਲ ਸਦਾ ਖੰਭਾਂ ਹੇਠਾਂ ਰੱਖਦਾ ਏ ਮੈਨੂੰ ਸੰਭਾਲ ਸਦਾ ਫਿਕਰ ਕਰ ਨਾ ਦੇਵੇ ਦੁਸ਼ਮਣ ਟਿਕਰ ਨਾ ਦੇਵੇ ਨੇੜੇ ਹੋ ਕੇ ਸੁਣਦਾ ਦੁਬਾ ਫਿਕਰ ਕਰ ਨਾ ਦੇਵੇ ਦੁਸ਼ਮਣ ਟਿਕਰ ਨਾ ਦੇਵੇ ਨੇੜੇ ਹੋ ਕੇ ਸੁਣਦਾ ਦੁਬਾ ਸੈਨਾ ਦਾ ਸੈਨਾ ਦਾ ਯਹੋਵਾ ਖੁਦਾ ਸੈਨਾ ਦਾ ਸੈਨਾ ਦਾ ਯਹੋਵਾ ਖੁਦਾ ਸੈਨਾ ਦਾ ਸੈਨਾ ਦਾ ਯਹੋਵਾ ਖੁਦਾ ਜਲਾਲ ਕੇ ਧਰਤੀ ਕੰਬ ਦੀਏ ਉਸ ਦਾ ਨਾ ਜਲਾਲ ਹੈ ਕੇ ਧਰਤੀ ਕੰਬ ਦੀਏ ਉਹਦੇ ਕਹਿਣ ਮੁਤਾਬਿਕ ਹਵਾ ਵੀ ਆਪਣੀ ਦਿਸ਼ਾ ਚ ਚੱਲਦੀ ਏ ਉਹਦੇ ਕਹਿਣ ਮੁਤਾਬਿਕ ਹਵਾ ਵੀ ਆਪਣੀ ਦਿਸ਼ਾ ਬਦਲਦੀ ਖੁਸ਼ੀਆਂ ਲੁੱਟਾ ਦਿੰਦਾ ਬੰਧਨਾਂ ਚੋਂ ਕਰਦਾ ਰਿਹਾ ਦੁੱਖਾਂ ਨੂੰ ਮਿਟਾ ਦਿੰਦਾ ਖੁਸ਼ੀਆਂ ਲੁੱਟਾ ਦਿੰਦਾ ਬੰਧਨਾਂ ਚੋਂ ਕਰਦਾ ਰਿਹਾ ਸੈਨਾ ਦਾ ਸੈਨਾ ਦਾ ਯਹੋਵਾ ਖੁਦਾ